अभी घर आया है यूं तेरी। ਕਿਹਨੂੰ ਕਹਿੰਦੇ ਆ ਫਿਰ ਕਰਾ ਦਾਂ ਟਿਕਟਾਂ ਬੁੱਕ ਕਰਾ ਦੇ ਤੇ 5:30 ਦਾ ਸ਼ੋ ਹਾਂ ਵੀ ਹੈ ਨਾ 4:30 ਨਿਕਲਣਾ ਮੈਣਾ ਬ్రో ਘਰੋਂ ਕੋਈ ਗੱਲ ਚਲ ਓਕੇ ਫਿਰ ਹੇ ਗਾਇਸ ਵਾਟਸ ਅਪ ਆਰ ਯੂ ਆਲ ਡੂਇੰਗ ਐਂਡ ਵੈਲਕਮ ਟੂ ਮਾਈ ਅਨਦਰ ਵਲੌਗ ਮੈਨੂੰ ਥੋੜਾ ਟਾਈਮ ਦਿਓ ਮੈਂ ਜ਼ਰਾ ਮੂੰਹ ਚਮਕਾ ਕੇ ਨਹਾ ਕੇ ਆ ਕੇ ਆਪਸੇ ਬਾਤ ਕਰਤਾ ਹੂੰ ਓਕੇ ਗਾਇਸ ਸੋ ਰੈਡੀ ਹੋ ਗਿਆ ਮੈਂ ਨਹਾ ਧੋ ਲਿਆ ਐਂ ਟਰਬਨ ਟਰਬਨ ਬੰਨ ਲਈ ਇੰਨਾ ਤਿਆਰ ਮੈਂ ਤਾਂ ਹੋਇਆ ਕਿਉਂਕਿ ਮੋਸਟਲੀ ਮੈਂ ਵਲੌਗ 'ਚ ਤਿਆਰ ਨਹੀਂ ਸੀ ਹੁੰਦਾ ਪਿਆ ਅਤੇ ਮੈਨੂੰ ਵੀ ਹੁੰਦਾ ਪਿਆ ਸੀ ਕਿ ਮੈਂ ਕੋਈ ਇੱਕ ਵਲੌਗ ਡੇਲੀ ਵਲੌਗ ਤਿਆਰ ਹੋ ਕੇ ਕਰਾਂ ਸੋ ਇਸ ਕਰਕੇ ਮੈਂ ਅੱਜ ਪੱਗ ਪੁੱਗ ਬੰਨੀ। ਦੂਸਰਾ ਰੀਜ਼ਨ ਇਹ ਹੈ ਕਿ ਮੈਂ ਮੂਵੀ ਦੇਖਣ ਜਾਣਾ ਅਤੇ ਮੈਨੂੰ ਲੱਗਾ ਕਿ ਚਲੋ ਥੋੜ੍ਹੀ ਜਿਹੀ ਟੌਰ ਕੱਢ ਹੀ ਲੈਂਦੇ ਹਾਂ, ਵੈਸੇ ਮੈਂ ਕੱਢਦਾ ਨਹੀਂ ਪਰ ਮੈਂ ਸੋਚਿਆ ਚਲੋ ਮਾੜੀ ਜਿਹੀ ਕੱਢ ਲੈਂਦੇ ਹਾਂ ਇਹ 'ਚ ਕੀ ਜਾਣਾ ਕੱਢਣ 'ਚ। ਐਂਡ ਆ ਪੂਰੀਆਂ ਵਾਲੀ ਮੈਂ ਤਾਂ ਸ਼ਰਟ ਪਾਈ ਹੈ, ਵੈਸੇ ਮੈਂ ਹਾਫ ਸਲੀਵਜ਼ ਪਾਉਣੀ ਸੀ, ਮੈਂ ਪੂਰੀਆਂ ਵਾਲੀ ਤਾਂ ਪਾਈ ਕਿਉਂਕਿ ਥੀਏਟਰ ਵਿੱਚ ਜਿਹੜਾ ਏਸੀ ਹੁੰਦਾ ਉਹ ਬਹੁਤ ਤੇਜ਼ ਹੁੰਦਾ, ਬਹੁਤ ਤੇਜ਼, ਫਿਰ ਮੈਨੂੰ ਠੰਡ ਲੱਗਣ ਲੱਗ ਪੈਂਦੀ ਹੈ। ਸੋ ਅਸੀਂ ਘਰੋਂ ਹੀ ਜਗਾੜ ਕਰਕੇ ਚੱਲੇ ਹਾਂ ਫੁੱਲ ਸਲੀਵਜ਼ ਵਾਲੀ ਪਾ ਕੇ। ਜਦੋਂ ਮੈਂ ਚੰਡੀਗੜ੍ਹ ਗਿਆ ਸੀਗਾ ਉਦੋਂ ਮੈਂ ਨੇਲ ਕਟਰ ਉੱਥੋਂ ਲਿਆ ਸੀਗਾ ਕਿਉਂਕਿ ਉੱਥੇ ਮੈਂ ਨੇਲਸ ਕੱਟਣੇ ਸੀ, ਅਤੇ ਬਾਅਦ 'ਚ ਮੈਂ ਘਰ ਆ ਗਿਆ ਨੇਲ ਕਟਰ ਆਪਣੇ ਲਈ ਸਾਂਭ ਕੇ ਰੱਖ ਲਿਆ ਸੀ ਕਿ ਹੁਣ ਜਦੋਂ ਵੀ ਮੇਰੇ ਨੇਲਸ ਵਧਿਆ ਕਰਨਗੇ ਮੈਂ ਇਸੇ ਨੇਲ ਕਟਰ ਨਾਲ ਕੱਟਾਂਗਾ, ਪਰ ਧਿਆਨ ਨਾਲ ਕੱਟਾਂਗਾ ਕਿਉਂਕਿ ਚੰਡੀਗੜ੍ਹ ਮੈਂ ਜ਼ਿਆਦਾ ਨੇਲ ਕੱਟ ਲਏ ਸੀਗੇ ਅਤੇ ਫਿਰ ਮੈਨੂੰ ਬੈਂਡਡ ਲਾਉਣ ਦੀ ਲੋੜ ਪੈ ਗਈ ਸੀ ਇਹ ਵਾਲੇ ਨੇਲ 'ਤੇ। ਆਜ ਸੇ 1.5 ਸਾਲ ਪਹਿਲੇ ਮੈਂ ਜਬ ਵੀ ਨੇਲਸ ਕੱਟ ਕਰਤਾ ਥਾ, ਮੈਂ ਨੇਲਸ ਕੱਟ ਨਹੀਂ ਕਰਤਾ ਥਾ, ਮੈਂ ਐਸੇ 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 ਖਾਤਾ ਥਾ, ਪਰ ਫਿਰ ਹੁਆ ਕਿਆ ਕਿ ਇੱਕ ਵਾਰ ਮੇਰੇ ਸਾਥ ਯੇ ਵਾਲੀ ਫਿੰਗਰ ਹੋਤੀ ਨਾ, ਯੇ ਵਾਲੀ ਰਿੰਗ ਫਿੰਗਰ ਸ਼ਾਇਦ ਇਸਕੋ ਬੋਲਦੇ ਹੈ, ਇਸਕਾ ਮੈਂ ਨੇਲ ਖਾ ਰਹਾ ਥਾ ਤੋ ਯੇ ਜ਼ਿਆਦਾ ਖਾਇਆ ਗਿਆ ਔਰ ਯਹਾਂ ਸੇ ਸਾਰਾ ਕੱਟ ਗਿਆ ਔਰ ਬਲੱਡ ਨਿਕਲਣਾ ਸ਼ੁਰੂ ਹੋ ਗਿਆ, ਫਿਰ ਵੀ ਨਹੀਂ ਹਟਾ ਮੈਂ। ਫਿਰ ਉਸਕੇ ਬਾਅਦ ਯੇ ਵਾਲੀ ਫਿੰਗਰ ਕੀ ਵਾਰੀ ਆਈ, ਫਿਰ ਜਬ ਯੇ ਵਾਲੀ ਫਿੰਗਰ ਕਾ ਨੇਲ ਮੈਨੇ ਜ਼ਿਆਦਾ ਖਾ ਲਿਆ ਉਸਕੇ ਬਾਅਦ ਮੈਨੇ ਆਪਣੇ ਦਿਲ ਕੋ ਸਮਝਾਇਆ ਕਿ ਇੱਕ ਤੋ ਇਹ ਨੇਲਸ ਖਾਣਾ ਬੁਰੀ ਹੈਬਿਟ ਹੈ, ਬਹੁਤ ਬੁਰੀ ਹੈਬਿਟ ਹੈ, ਦੂਸਰਾ ਫਿਰ ਜਬ ਜ਼ਿਆਦਾ ਖਾਇਆ ਜਾਤਾ ਹੈ ਤੋ ਦਰਦ ਬਹੁਤ ਹੋਤੀ ਹੈ, ਤੋ ਮੈਨੇ ਫਿਰ ਦਿਮਾਗ ਕੋ ਸਮਝਾ ਕੇ ਸਭ ਸਮਝਾ ਕੇ ਯਹ ਆਦਤ ਹਟਾਈ। ਅਬ ਮੈਂ ਹਮੇਸ਼ਾ ਨੇਲ ਕਟਰ ਕੇ ਸਾਥ ਹੀ ਨੇਲਸ ਕੱਟ ਕਰਤਾ ਹੂੰ, ਆਪਕੋ ਵੀ ਅਗਰ ਯਹ ਆਦਤ ਹੈ ਤੋ ਆਦਤ ਹਟਾ ਲਓ, ਇਹ ਬਿਲਕੁਲ ਅੱਛੀ ਆਦਤ ਨਹੀਂ ਹੈ। ਆਲ ਦੋ ਮੈਨੇ ਸੁਣਾ ਹੈ ਕਿ ਜਬ ਕੋਈ ਬੰਦਾ ਕੁਛ ਸੋਚ ਰਿਹਾ ਹੋਤਾ ਹੈ ਜਾਂ ਥੋੜ੍ਹਾ ਕਨਫਿਊਜ਼ਡ ਹੋਤਾ ਹੈ ਜਾਂ ਲਾਈਫ ਮੈਂ ਥੋੜ੍ਹਾ ਟੈਂਸ ਹੋਤਾ ਹੈ ਤੋ ਐਸੇ ਐਸੇ ਨਾਖੂਨ ਖਾਤਾ ਹੈ, ਹੋ ਸਕਤਾ ਇਹ ਵੀ ਸੱਚ ਹੋ, ਬਟ ਮੈਂ ਜਬ ਵੀ ਟੈਂਸ ਹੋਤਾ ਹੂੰ ਮੈਂ ਐਸਾ ਬਿਲਕੁਲ ਨਹੀਂ ਕਰਤਾ। ਅਬ ਤੋ ਅਭੀ ਅਭੀ ਹਮਕੋ ਉੜਤੀ ਉੜਤੀ ਦੋ ਖਬਰੇ ਆਈ ਹੈਂ, ਉਨਮੇ ਸੇ ਇਹ ਖਬਰ ਅੱਛੀ ਹੈ, ਖਬਰ ਬੁਰੀ ਹੈ, ਪਹਿਲੇ ਮੈਂ ਆਪਕੋ ਅੱਛੀ ਖਬਰ ਸੁਣਾ ਦਿੱਤਾ ਹੂੰ। ਅੱਛੀ ਖਬਰ ਇਹ ਹੈ ਹਮ ਸਭ ਕ੍ਰੀਏਟਰਸ ਯੂਟਿਊਬਰਸ ਕੇ ਲੀਏ ਕਿ ਗੋਪਰੋ ਹੀਰੋ 8 ਬਲੈਕ ਲਾਂਚ ਹੋ ਗਿਆ ਹੈ, ਔਰ ਇਹ ਉੜਤਾ ਉੜਤਾ ਮੇਲ ਮੁਝੇ ਅਭੀ ਆਇਆ ਹੀ ਤਾਂ ਕੁਛ ਟਾਈਮ ਪਹਿਲੇ, ਤੋਂ ਮੈਨੇ ਆਪਕੇ ਸਾਥ ਸ਼ੇਅਰ ਕਰ ਦਿਆ। ਆਪ ਸਭਕੋ ਬਤਾਨਾ ਚਾਹੂੰਗਾ ਗੋਪਰੋ ਸਭਸੇ ਛੋਟਾ ਕੈਮਰਾ, ਸਭਸੇ ਨਹੀਂ ਲਾਈਕ ਫੋਰ ਬਲੌਗਰਸ ਐਂਡ ਵਲੌਗਰਸ ਕੇ ਲੀਏ ਛੋਟਾ ਕੈਮਰਾ ਹੈ, ਜੋ ਹਮ ਜੋ ਵਾਟਰ ਪਰੂਫ ਹੋਤਾ ਹੈ ਔਰ ਕਹੀਂ ਵੀ ਲੈ ਕੇ ਜਾ ਸਕਤੇ ਹਮ ਉਸਕੋ, ਔਰ ਵੋ ਵਾਈਡ ਐਂਗਲ ਹੋਤਾ ਹੈ, ਜੈਸੇ ਯੇ ਐਸਾ ਹੈ ਨਾ ਤੋ ਐਸੇ ਜਬ ਹੋਤਾ ਹੈ, ਇਤਨੇ ਐਂਗਲ ਮੇ ਹੋਤਾ ਹੈ ਵਾਈਡ ਐਂਗਲ ਵੋ। ਤੋ ਗੋਪਰੋ 8 ਲਾਂਚ ਹੋ ਗਿਆ, ਗੋਪਰੋ 8 ਇਤਨਾ ਸਹੀ ਹੈ, ਮਤਲਬ ਮੈਨੇ ਆਜ ਸੁਬਹ ਹੀ ਉਸਕੀ ਜਬ ਮੇਲ ਆਈ ਉਸਕੇ ਬਾਅਦ ਮੈਨੇ ਯੂਟਿਊਬ ਪਰ ਸਰਚ ਕੀਆ ਤੋ ਕੁਛ ਯੂਟਿਊਬਰਸ ਕੋ ਰਿਵਿਊ ਕੇ ਲਈ ਮਿਲ ਗਿਆ, ਗੋਪਰੋ ਕੇ ਓਫੀਸ਼ੀਅਲ ਚੈਨਲ ਪੇ ਵੀ ਉਸਕਾ ਟੀਜ਼ਰ ਆ ਚੁੱਕਾ ਹੈ, ਤੋ ਵੋ ਇਤਨਾ ਸਹੀ ਹੈ, ਇਤਨਾ ਸਹੀ ਹੈ ਕਿ ਨਾਓ ਆਈ ਐਮ ਥਿੰਕਿੰਗ ਕਿ ਮੈਂ ਮੇ ਬੀ ਆਪਣਾ ਓਜ਼ਮੋ ਪੋਕਿਟ ਵੇਚ ਕੇ ਗੋਪਰੋ ਹੀਰੋ 8 ਬਲੈਕ ਲੈ ਲੂੰਗਾ। ਕਿਉਂ? ਕਿਉਂਕਿ ਉਸਕਾ ਦੋ ਤਿੰਨ ਬੈਨੀਫਿਟਸ ਹੈ, ਉਸਕੀ ਇੱਕ ਐਸੀ ਅਸੈਸਰੀਜ਼ ਇਸ ਬਾਰ ਆਈ ਹੈ ਕਿ ਉਸਕੇ ਉੱਪਰ ਐਸੇ ਕਰਕੇ ਫਲਿਪ ਸਕਰੀਨ ਹੋ ਜਾਤੀ ਹੈ, ਸਾਥ ਮੇਂ ਛੋਟੀ ਸੀ ਫਲੈਸ਼ ਲਾਈਟ ਲੱਗ ਜਾਤੀ ਹੈ, ਔਰ ਇੱਕ ਪਰਫੈਕਟ ਛੋਟਾ ਵਲੌਗਿੰਗ ਕੈਮਰਾ ਬਣ ਸਕਦਾ ਹੈ, ਜਹਾਂ ਇਹ ਬੜਾ ਕੈਮਰਾ ਨਹੀਂ ਹਮ ਲੈ ਕੇ ਜਾ ਸਕਦੇ ਵਹਾਂ ਵੋ ਛੋਟਾ ਜਾ ਸਕਦਾ ਹੈ। ਤੋ ਮੇ ਬੀ ਆਈ ਵਿਲ ਅਪਗ੍ਰੇਡ ਟੂ ਦੈਟ ਹੀਰੋ ਗੋਪਰੋ 8। ਅਭੀ ਇਤਨਾ ਬੜਾ ਚੈਨਲ ਤੋ ਹੁਆ ਨਹੀਂ ਕਿ ਗੋਪਰੋ ਵਾਲੇ ਹਮਕੋ ਸਪੋਂਸਰ ਕਰ ਦੇਂਗੇ, ਪਰ ਅਗਰ ਗਲਤੀ ਸੇ ਦੇਖ ਲੈਂਗੇ ਤੋ ਭਈਆ ਸਪੋਂਸਰ ਕਰ ਦੇਣਾ, ਹਮ ਆਪਕੇ ਕੈਮਰੇ ਕੀ ਫ੍ਰੀ ਮੇਂ ਬਹੁਤ ਮਸ਼ਹੂਰੀ ਕਰ ਦੇਂਗੇ, ਕਿਉਂਕਿ ਮੈਂ ਪਰਸਨਲੀ ਗੋਪਰੋ ਕਾ ਫੈਨ ਹੂੰ ਟੂ ਬੀ ਓਨੈਸਟ। ਮੁਝੇ ਜਬ ਮੈਂ ਓਸਮੋ ਲੈਣੇ ਗਿਆ ਤਾਂ ਮੁਝੇ ਗੋਪਰੋ ਲੈਣਾ ਥਾ, ਬਟ ਦ ਥਿੰਗ ਇਜ਼ ਮੇਰਾ ਅਭੀ ਬਜਟ ਨਹੀਂ ਥਾ ਉਸ ਟਾਈਮ, ਤੋ ਮੈਨੇ ਇਸ ਲਈ ਨਹੀਂ ਲਿਆ। ਅਬ ਦੂਸਰੀ ਖਬਰ ਕੇ ਬਾਰੇ ਮੇਂ ਆਤੇ ਹੈਂ, ਜੋ ਹੈ ਥੋੜ੍ਹੀ ਬੁਰੀ ਔਰ ਵੋ ਬੁਰੀ ਖਬਰ ਹੈ ਦਿੱਲੀ ਵਾਲੋਂ ਕੇ ਲੀਏ। ਤੋ ਖਬਰ ਕੁਛ ਐਸੀ ਹੈ ਕਿ ਮੈਨੇ ਪੜ੍ਹਾ ਥਾ ਕੁਛ ਦਿਨ ਪਹਿਲੇ ਔਰ ਅਭੀ ਰੀਸੈਂਟਲੀ ਕੱਲ ਰਾਤ ਕੋ ਵੀ ਇੱਕ ਯੂਟਿਊਬ ਪੇ ਵੀਡੀਓ ਮੇਰੇ ਸਾਹਮਣੇ ਆਈ ਥੀ, ਤੋ ਮੈਂ ਸੋਚਾ ਕਿ ਮੈਂ ਆਪਸੇ ਇਸ ਬਾਰੇ ਮੇਂ ਬਾਤ ਜ਼ਰੂਰ ਕਰੂੰਗਾ ਐਂਡ ਆਪਕੇ ਵਿਊਜ਼ ਜ਼ਰੂਰ ਜਾਣੂੰਗਾ। ਤੋ ਯੇ ਬਾਤ ਐਸੀ ਹੈ ਕਿ ਦਿੱਲੀ ਮੇਂ ਕਮ ਸੇ ਕਮ 1000 ਸੇ ਉੱਪਰ ਜੋ ਜਿਮਸ ਹੈ ਵੋ ਬੰਦ ਹੋ ਰਹੇ ਹੈ, ਔਰ ਵੋ ਬੰਦ ਕਿਉਂ ਹੋ ਰਹੇ ਹੈ, ਕਿਆ ਇਸਕੇ ਪਿੱਛੇ ਰੀਜ਼ਨ ਹੈ, ਵੋ ਇਹ ਹੈ ਕਿ ਸਰਕਾਰ ਨੇ ਇੱਕ ਐਸਾ ਲਾਅ ਇੱਕ ਆਰਡਰ ਪਾਸ ਕੀਆ ਹੈ ਕਿ ਜੋ ਜਿਮ 2008 ਕੇ ਬਾਅਦ ਖੁੱਲ੍ਹੇ ਹੈ, 2008 ਕੇ ਬਾਅਦ ਖੁੱਲ੍ਹੇ ਹੈ, ਔਰ ਵੋ ਜੋ ਜਿਮ ਰੈਜ਼ੀਡੈਂਸ਼ਲ ਏਰੀਆ ਮੇਂ ਹੈ ਵੋ ਜਿਮ ਸਾਰੇ ਕੇ ਸਾਰੇ ਬੈਨ ਹੋ ਜਾਏਂਗੇ, ਬੰਦ ਹੋ ਜਾਏਂਗੇ 17 ਅਕਟੂਬਰ ਤੱਕ। ਕੁਛ ਜਿਮ ਬੰਦ ਵੀ ਹੋ ਗਏ ਹੈ, ਕੁਛ ਜਿਮ ਬੰਦ ਹੋ ਰਹੇ ਹੈ, ਔਰ ਜਿਮ ਹੀ ਨਹੀਂ ਸਾਥ ਮੇਂ ਯੋਗਾ ਸੈਂਟਰ, ਮੈਡੀਟੇਸ਼ਨ ਸੈਂਟਰਸ ਯੇ ਵੀ ਦਿੱਲੀ ਮੇਂ ਬੰਦ ਹੋ ਰਹੇ ਹੈ, ਸਿਰਫ ਵੋ
जो रेजिडेंशियल एरिया में आते हैं, जिम भी वही बंद हो रहे हैं जो रेजिडेंशियल एरिया में आते हैं, जो कहीं कॉम्प्लेक्स में है किसी मॉल में है उन जिम्स को कोई इफेक्ट नहीं हो रहा, पर जो रेजिडेंशियल हैं वो सभी बंद होंगे, चाहे वो कोई बड़े ब्रांड के हों या कोई सेलिब्रिटी के हों या कोई भी हो, वो बंद होंगे। तो देखो भाई, मैं वैसे तो जिम लवर नहीं हूँ, आप सबको पता है मैं इतना जिम जाता नहीं हूँ, बट आई एम लिटिल बिट कंसर्न्ड अबाउट द पीपल हु हैव देयर ओन जिम जो रेजिडेंशियल एरिया में है, और उस जिम में जो वर्कर्स काम कर रहे हैं उनके लिए मैं थोड़ा सा कंसर्न्ड हूँ कि एकदम से उनकी रोजी रोटी बंद हो जाएगी, क्योंकि अगर एक छोटा जिम भी है उसमें 3-4 लोग भी काम करते हैं तो वो बेरोज़गार हो जाएंगे और उनके पास कोई काम नहीं बचेगा, और जिनका अभी अभी ही जिम खुला है, जिन्होंने अभी ही जिम में इन्वेस्टमेंट की है और वो रेजिडेंशियल एरिया में है, तो उनको भी काफ़ी ज़्यादा लॉस होगा, बहुत ज़्यादा। तो अब जो दिल्ली के बंदे हैं, अब जो दिल्ली में रहते हैं, अब उनको जिम करने के लिए नोएडा या गुड़गांव जाना पड़ेगा, मतलब 1-1.5 घंटा दूर। आई रियली डोंट नो कि सरकार ने ये स्टेप क्यों लिया है, मैं ज़्यादा कॉन्स्टिट्यूशन के बारे में जानता भी नहीं हूँ, ठीक है, आई रियली डोंट नो वट इज़ द रीज़न बिहाइंड दिस, बट आई रिक्वेस्ट कि गवर्नमेंट को कि इस बैन को हटाया जाए, क्योंकि आई डोंट थिंक सो कि जिम जाना कोई बुरी बात है या रेजिडेंशियल एरिया में जिम होना कोई बुरी बात है, क्योंकि ये काफ़ी लोगों की ज़िंदगी के साथ जुड़ा हुआ है। तो या सरकार को एक बार दोबारा ध्यान देना चाहिए इस नोटिस पे, और अगर हो सके तो इस बैन को हटाना चाहिए। बाकी डू लेट मी नो व्हाट आर योर व्यूज़ इन द कमेंट बॉक्स, आपको क्या लगता है कि ये बैन हटना चाहिए या नहीं हटना चाहिए, मुझे ज़रूर बताना। बाकी होप फॉर द बेस्ट, क्या कर सकते हैं अब। एंड अब मैं बाहर जा रहा हूँ, बाहर इसलिए जा रहा हूँ क्योंकि यार एक तो बड़ी हैरानी वाली बात पता क्या हो रही है, इस साल मैंने आईफोन लिया नहीं, और जो मेरे दोस्तों ने पिछले 2-3-4 साल से नहीं आईफोन लिया, वो इस साल मेरे को फ़ोन करके कह रहे हैं भैया हमने 11 प्रो बुक करा दिया, भैया हमने 11 प्रो करा दिया बुक। उसे एक मैन, इस साल मैंने नहीं लिया तो तुम सब लोग ले रहे हो मुझे चढ़ाने के लिए। पर इस साल का आईफोन बहुत बिका है, बहुत बिका है। रिसेंटली मैं एक जब स्टोर लॉन्च पे गया था जहाँ सोनम बाजवा जी आई थी, उसके बाद मैं लुधियाना किप्स मार्केट में गया, तो वहाँ पे किप्स मार्केट में भी मेरे को 3 लोगों के कान पे आईफोन प्रो लगा हुआ दिख गया यार। आई वाज सो शॉक्ड मैन कि इतना जल्दी फ़ोन बिका है, इतना जल्दी कि मैं बता नहीं सकता। पर चलो जो भी है, अब जो ले रहे हैं उनको बधाइयाँ, जो हमारे जैसे हम नहीं ले रहे उनको ऐश करें वो। पर समझ नहीं आ रहा कि इतना कैसे बिक गया इस बार, बहुत सेल हुई है भैया इस बार तो आईफोन की, और वो भी बहुत जल्दी, बहुत ज़्यादा जल्दी। मूवी देखने जाने से पहले एक बार घर का खाना ज़रूर खा लें, फिर वहाँ पे पॉपकॉर्न वगैरह खाएंगे। मुझे बाहर जाना था मेरे फ्रेंड के साथ उसका फ़ोन लेने, तो वो अभी तक आया नहीं, अभी बस मैं खाना खा के मूवी देखने निकल जाऊँगा, फिर मैं कल जाऊँगा उसके साथ फ़ोन देखने। और मेरी माँ के हाथ के राजमा जो होते हैं, मतलब क्या लाजवाब बनाती है माँ। अभी मैं राजमा के साथ खाना खा रहा हूँ, मुझे पहले लगा कि माँ ने कोई और सब्ज़ी बनाई है, तो मैं कह रहा था माँ लंच नहीं करूँगा, माँ ने बताया राजमा बनाया, मैं कहा लंच अभी लेके आओ, मैं पॉपकॉर्न नहीं खाऊंगा वहाँ जाके, पर लंच मेरे को करके जाना। अपी बॉयज़ हेयर, कल का वादा पूरा करते हुए आप चले वॉर मूवी देखण। तो वीरा कहता कि शूज़ बड़े गंदे पाया, तू शूज़ चेंज कर ला, मैं शूज़ चेंज करता हूँ तक तू अपनी धनन बाहर कट, ਤੁਹਾਨੂੰ ਭਾਜੀ ਰੈੱਡ ਰੰਗ ਦੀ ਰੱਖੀ ਤੁਸੀਂ ਤੇ, ਤੁਹਾਨੂੰ ਰੈੱਡ ਦੀ, ਨਾਲੇ ਬਾਹਰ ਮੌਸਮ ਬੜਾ ਰੋਮਾਂਟਿਕ ਹੋਇਆ ਪਿਆ ਬਹੁਤ ਜ਼ਿਆਦਾ, ਭਾਜੀ ਕਿਤੇ ਹੀ ਭੇਜਣ ਆ ਜਾਈਏ, ਨਹੀਂ ਭੇਜਾਂਗੇ ਤਾਂ ਕੋਈ ਨਹੀਂ, ਮੇਰਾ ਫੋਨ ਵਾਟਰਪਰੂਫ ਹੈ, ਤੇਰੇ ਦਾ ਕੀ ਮਾਹੌਲ ਹੈ, ਤੇਰਾ ਵਾਟਰਪਰੂਫ ਹੈ ਨਹੀਂ ਹੋਊਗਾ ਨਾ ਸਹੀ। ਬਾਕੀ ਆਹ ਕੈਮਰਾ ਗਾਈਜ਼ ਮੈਂ ਇੱਥੇ ਹੀ ਛੱਡ ਕੇ ਚੱਲਾਂ, ਕਿਉਂਕਿ ਉੱਥੇ ਤੈਨੂੰ ਪਤਾ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਗਏ ਲੈ ਪੰਗਾ ਪੈ ਜਾਂਦਾ, ਉੱਥੇ ਤਾਂ ਵੈਸੇ ਨਹੀਂ ਉਹਨਾਂ ਨੇ ਲਾਓ ਕਰਨਾ ਕੈਮਰਾ, ਸੋ ਉੱਥੇ ਕੈਮਰਾ ਲਾਉਣ ਨਹੀਂ ਹੋਣਾ, ਉੱਥੇ ਵਲੋਗਿੰਗ ਮੈਂ ਫੋਨ 'ਚੋਂ ਕਰਾਂਗਾ ਅਤੇ ਕੈਮਰਾ ਮੈਂ ਘਰ ਹੀ ਛੱਡ ਕੇ ਚੱਲਾਂ। ਮੌਸਮ ਐਡਾ ਕੁ ਜ਼ਿਆਦਾ ਸੈਕਸੀ ਹੋਇਆ ਪਿਆ ਕਿ ਪੱਪੀ ਬੋਏ ਤੇ ਹੈ ਚਿਲ ਮੂਡ 'ਚ ਆਇਆ ਪਿਆ। ਬਾਕੀ ਤੁਹਾਨੂੰ ਇਹ ਵੀਡੀਓ 'ਚ ਥੋੜ੍ਹੀ ਜਿਹੀ ਹਵਾ ਦੀ ਆਵਾਜ਼ ਜ਼ਰੂਰ ਆਏਗੀ, ਕਿਉਂਕਿ ਇਹ ਫੋਨ ਤੋਂ ਰਿਕਾਰਡ ਹੁੰਦੀ ਪਈ ਹੈ, ਕੈਮਰਾ ਅਸੀਂ ਲੈ ਕੇ ਨਹੀਂ ਆਏ ਕਿਉਂਕਿ ਉੱਥੇ ਅਲਾਊ ਨਹੀਂ ਹੋਣਾ, ਤਾਂ ਕਰਕੇ ਸਹੀ ਕੋਈ ਪੰਗਾ ਨਾ ਹੋਏ ਇਸ ਕਰਕੇ ਮੈਂ ਘਰ ਹੀ ਛੱਡਦਾ ਕੈਮਰਾ। ਬਾਅਦ 'ਚ ਅਗਲੇ ਕਹਿੰਦੇ ਅਗਲਿਆਂ ਨੂੰ, ਕਿਉਂਕਿ ਅੱਜ ਦੇ ਦੌਰ 'ਚ ਅਸੀਂ ਕੈਮਰਾ ਫੜ ਕੇ ਤੁਰਦੇ ਹਾਂ, ਲੋਕ ਸਮਝਦੇ ਪਤਾ ਨਹੀਂ ਕੀ ਕਰਦੇ ਪਏ ਆ, ਪਰ ਉਹਨਾਂ ਨੂੰ ਕਿਤੇ ਮੂਵੀ ਨਾ ਰਿਕਾਰਡ ਕਰਕੇ ਵਿਖਾ ਦਿੰਦੇ ਸਾਰੀ, ਪਰ ਅਸੀਂ ਕਿਤੇ ਵਿਖਾਉਣੀ ਆ, ਮਹੀਨੇ ਤਾਂ ਵਿਹਲੇ ਨਹੀਂ, 3 ਘੰਟੇ ਦੀ ਮੂਵੀ ਰਿਕਾਰਡ ਕਰਨੀ। ਹਾਂ ਪਹਿਲਾਂ ਸਨੀ ਇੱਧਰ ਕੰਮ ਕਰਨ ਜਾਂਦਾ ਹੁੰਦਾ,
ਭਾਜੀ ਇੱਧਰ ਨਹੀਂ ਜਾਂਦਾ ਸਿੱਧਾ ਹੁਣ ਤੇ ਬਿਜ਼ਨਸ ਪੂਰਾ ਖੁੱਲ ਕੇ ਭਰਾ ਦਾ ਅੱਗੇ ਭਾਜੀ ਮੇਰੀ ਛੇਟ ਆਈਓ ਆਹੋ ਹਣਾ ਹਾਂਜੀ ਅੱਗੇ ਅਮੁਲ ਮਿਲਕ ਬਦਾਮ ਦੇ ਕੰਮ ਕਰੀ ਦੇਗਾ ਅਮੁਲ ਮਿਲਕ ਬਦਾਮ ਅਮੁਲ ਮਿਲਕ ਬਦਾਮ ਪਲਾਂਟ ਹੈ ਮਾਮਾ ਨਹੀਂ ਮੁੰਡਾ ਪਹਿਲਾਂ ਅਮੁਲ ਦੇ ਪਲਾਂਟ 'ਚ ਕੰਮ ਕਰ ਰਿਹਾ ਹੁਣ ਆਪਣਾ ਬਿਜ਼ਨਸ ਖੋਲਿਆ ਹੁਣ ਅਸੀਂ ਆਪਣੀਆਂ ਮੱਝਾਂ ਰੱਖ ਲਈਆਂ ਦੁੱਧ ਲੈਣ ਲਈ ਸੰਪਰਕ ਕਰੋ ਥੈਂਕ ਯੂ ਵੀਰੇ ਆਪਾਂ ਦੋਵੇਂ ਵਕਤ ਤੋਂ ਪਹਿਲਾਂ ਪਹੁੰਚ ਗਏ ਹਾਂ ਸਾਡੇ ਨਾਲ ਜਿਹੜੇ ਦੂਰ ਮਿੱਤਰ ਪੈਸੇ ਦੇ ਰਹੇ ਹੋ ਮੋਟੇ ਪੈਸੇ ਦੇ ਰਿਹਾ ਦੇਖ ਰਹੇ ਹੋ ਰਿਸ਼ਵਤ ਉਹਨੇ ਦੇ ਰਿਹਾ ਮੈਨੂੰ ਕਿ ਮੇਰੇ ਬਾਰੇ ਸਹੀ ਸਹੀ ਬੋਲੀ ਗਿਆ ਮੇਰੇ ਬਾਰੇ ਗਲਤ ਨਾ ਕੁਝ ਬੋਲੀ ਪਰ ਗੱਲ ਇਹ ਆਪਾਂ ਟਾਈਮ ਤੋਂ ਪਹਿਲਾਂ ਪਹੁੰਚ ਗਏ ਗਾਈ ਸਾਡੇ ਨਾਲ ਜਿਹੜੇ ਕੱਲ੍ਹ ਦੋ ਮਿੱਤਰ ਮਿਲੇ ਸੀ ਬਹੁਤ ਪੁਰਾਣੇ ਉਹ ਅੱਜ ਵੀ ਨੰਗੀ ਕਰਕੇ ਉਹ ਨਹੀਂ ਆਏ ਉਹ ਕਹਿੰਦੇ ਅਸੀਂ ਨਹੀਂ ਆਉਣਾ ਆਪਾਂ ਅੰਦਰ ਬੈਠੇ ਸੀ ਪਰ ਆਪਣੇ ਹੈਂਡਸਮ ਸਰਦਾਰ ਜੀ ਨੂੰ ਬਾਹਰ ਜਾ ਕੇ ਫੋਟੋਆਂ ਖਿੱਚਣੀਆਂ ਮੈਨੂੰ ਬਾਹਰ ਲਾਇਆ ਦੁਬਾਰਾ ਕਹਿੰਦਾ ਭਾਅ ਜੀ ਪਹਿਲਾਂ ਬਾਹਰ ਆਓ ਫੋਟੋਆਂ ਖਿੱਚੋ ਫੇਰ ਗੱਲ ਕਰਿਓ ਕਿੰਨੀਆਂ ਸੈਲਫੀਆਂ ਨੇ ਮੇਰੇ ਕੋਲ ਬਾਹਰ ਕਰਾ ਲਈਆਂ ਕਿੰਨੀਆਂ ਕਿ ਕਰਾਉਣੀਆਂ ਹੋ ਰਹੇ ਭਾਜੀ ਤਾਂ ਮੈਨੂੰ ਜ਼ਿਆਦਾ ਤੁਸੀਂ ਕਰਾਈਆਂ ਨਹੀਂ ਮੈਂ ਚੈੱਕ ਕਰ ਲਿਓ ਦੀਆਂ ਫੋਟੋ ਮੈਂ ਸਿਰਫ ਦੋ ਫੋਟੋਆਂ ਖਿਚਾਈਆਂ ਉਹ ਦੋਵੇਂ ਮੇਰੀਆਂ ਸਹੀ ਆ ਗਈਆਂ ਇਹ ਅਜੇ ਤੱਕ ਇਹਦੇ ਪਸੰਦ ਨਹੀਂ ਆਉਣੀਆਂ ਕਰੀ ਜਾਓ ਕਰੀ ਜਾਓ ਫੋਟੋਆਂ ਕਰਾਉਣ ਤੋਂ ਬਾਅਦ ਸੈਲਫੀਆਂ ਹੋ ਰਹੀਆਂ ਨੇ ਭਾਈ ਸੈਲਫੀਆਂ ਓਕੇ ਦੋ ਨੰਬਰ ਆਡੀ ਆ ਅਜੇ ਖੁੱਲੀ ਨਹੀਂ ਆ ਇਹਨੇ ਪਹਿਲਾਂ ਜਾਣਾ ਖੁੱਲ ਗਈ ਆ ਚੱਲ 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 ਲੇਟ ਤਾਂ ਨਹੀਂ ਹੋ ਗਏ ਭਾਈ ਸਟਾਰਟ ਤਾਂ ਨਹੀਂ ਹੋਈ ਮੂਵੀ ਦੇਖ ਕੇ ਅਜੇ ਬਾਹਰ ਨਿਕਲ ਆਈ ਆ ਮੂਵੀ ਇਜ਼ ਵੈਰੀ ਗੁੱਡ ਬਹੁਤ ਜ਼ਿਆਦਾ ਵਧੀਆ ਬਸ ਇੰਟਰਵਲ ਤੱਕ ਥੋੜੀ ਥੱਲੇ ਥੱਲੇ ਹੀ ਬਾਅਦ ਚ ਕੰਮ ਚੁੱਕਿਆ ਗਿਆ ਕਿਉਂ ਸਾਨੀ ਇੰਟਰਵਲ ਤੋਂ ਬਾਅਦ ਭਾਈ ਅਸੀਂ 2 ਘੰਟੇ ਅੰਦਰ ਗਏ ਤੇ ਬਾਹਰ ਦੇ ਮੌਸਮ ਨੇ ਨਜ਼ਾਰੇ ਬੰਦੇ ਹਾਂ ਆਪਾਂ ਅੰਦਰ ਬੈਠੇ ਬਾਹਰ ਮੀਂਹ ਬੜਾ ਪੈ ਗਿਆ ਬਹੁਤ ਜ਼ਿਆਦਾ ਪੈ ਗਿਆ ਹੁਣ ਬਾਈਕ ਸਾਫ਼ ਕਰਦਾ ਪਿਆ ਵਿਚਕਾ ਦੇ ਮੇਰੀ ਪੈਟਰਾ ਗੱਲੀ ਹੋਏ ਕੀ ਹੋ ਗਿਆ ਮੌਸਮ ਘੈਂਟ ਹੋ ਗਿਆ ਅੱਗੇ ਕੀ ਬੋਲਿਆ ਨਾ ਰੋਮੈਂਟਿਕ ਹੋ ਗਿਆ ਪਰ ਮੂਵੀ ਚ ਰੋਮਾਂਸ ਕਿਤੇ ਨਹੀਂ ਜਾਏਗਾ 15 ਮਿੰਟ ਦਾ ਰੋਮਾਂਸ ਜੇ 15 ਮਿੰਟ 5 ਸੈਕਿੰਡ ਦਾ ਵੀ ਹੈ ਨਹੀਂ ਹਾਏ ਉਹ ਠੰਡ ਬੜੀ ਹੋ ਗਈ ਸੰਨੀ ਐ ਕੇ ਇਸ਼ਕ ਹੋ ਗਿਆ ਫਰੈਸ਼ ਹੋ ਕੇ ਮੈਂ ਹੁਣ ਆ ਗਿਆ ਨਾ ਬਾਹਰ ਘੁੰਮਣ ਫਿਰਨ ਪਰ ਆਪਾਂ ਪਹਿਲਾਂ ਗੁਰਦੁਆਰੇ ਜਾਣਾ ਹੈ ਫਿਰ ਅਸੀਂ ਕੁਝ ਖਾਵਾਂਗੇ ਐਂਡ ਘਰ ਇੱਕ ਜਾਣ ਦੀ ਦੇਰ ਹੋਈ ਆ ਬਾਈ ਲਾਈਟ ਹੈ ਨਹੀਂ ਬਿਲਕੁਲ ਹੀ ਹੈ ਨਹੀਂ ਲਾਈਟ ਸਾਡੇ ਇਲਾਕੇ ਦੀ ਇੰਡੀਆ ਦਾ ਸਭ ਤੋਂ ਤਕੜਾ ਕੰਮ ਹੈ ਇੱਕ ਮੀਂਹ ਪੈ ਜੇ ਤੇ ਰੋਡਾਂ ਤੇ ਪਾਣੀ ਹੋ ਜਾਂਦਾ ਤੇ ਦੂਜਾ ਲਾਈਟ ਗਾਇਬ ਆਪਾਂ ਹੁਣੇ ਗੁਰਦੁਆਰੇ ਮੱਥਾ ਟੇਕ ਕੇ ਆਏ ਆ ਤੇ ਇੱਕ ਗੱਲ ਸਨੀ ਮੈਂ ਨੋਟਿਸ ਕੀਤੀ ਬ੍ਰੋ ਹਾਂਜੀ ਜੇ ਮੀਂਹ ਉਦੋਂ ਪੈਂਦਾ ਜਦੋਂ ਇਹ ਮੂਵੀ ਦੇਖ ਕੇ ਆਏ ਆ ਪਹਿਲਾਂ ਹੁੰਦਾ ਇਹ ਤੇ ਭੇਜ ਗਏ ਸੀ ਮੈਂ ਅੰਦਰ ਟਿਕਟ ਘੋੜਾ ਲਈ ਹੈ ਮੈਂ ਕੋ ਟਿਕਟ ਲੈ ਕੇ ਬੈਠਾ ਸੀ ਇੱਕ ਹੋਰ ਮੂਵੀ ਵੇਖ ਲੈਣੀ ਤੇ ਫਿਰ ਹੋਰ ਕੀ ਕਰਨਾ ਇਹ ਤੋਂ ਇਲਾਵਾ ਭਾਜੀ ਭੇਜਣਾ ਤਾਂ ਪਸੰਦ ਕਰ ਸਕੀਮ ਤਾਂ ਤੇਰੀ ਸਹੀ ਭੇਜਣਾ ਤਾਂ ਮੈਨੂੰ ਨਹੀਂ ਪਸੰਦ ਮੈਂ ਅੱਜ ਹੀ ਇੰਨਾ ਤਾਂ ਬ੍ਰੋ ਤੇ ਮੈਨੂੰ ਫੇਰ ਆ ਕੇ ਕਰਨਾ ਪੜਾ ਭੇਜ ਕੇ ਜਾਣਾ ਨਹੀਂ ਠੰਡ ਹੋ ਗਈ ਆ ਮੈਂ ਕੱਲ ਹੀ ਕਿਹਾ ਸੀ ਹੁਣ ਸਰਦੀਆਂ ਆ ਗਈਆਂ ਨੇ ਉਹੋ ਹੀ ਗੱਲ ਹੋਈ ਅੱਜ ਫਿਰ ਮੀਂਹ ਪੈ ਗਿਆ ਮੌਸਮ ਬਹੁਤ ਜ਼ਿਆਦਾ ਬਦਲ ਗਿਆ ਪਹਿਲਾਂ ਤਾਂ ਸਾਰਾ ਮੌਨਸੂਨ ਮੀਂਹ ਪਿਆ ਹੀ ਨਹੀਂ ਪੰਜਾਬ 'ਚ ਤੇ ਹੁਣ ਦਗੜ ਦਗੜ ਪੈਂਦਾ ਪਿਆ ਰੈਸਟੋਰੈਂਟ ਦਿਲ ਮੇਰਾ ਹੈਗਾ ਸੀਗਾ ਕਿ ਆਪਾਂ ਫਿਰਨੀ ਖਾਈਏ ਫਿਰਨੀ ਕਰ ਲਓ ਨਹੀਂ ਪਰ ਗੁਲਾਬ ਜਾਮੁਨ ਹੀ ਖਾਂਦੇ ਹਾਂ आते टाइम मैंने ये रास्ते से अपने डैड के लिए फैनियाँ ली थी हमारे पंजाब में इसको फैनियाँ बोलते हैं आपके वहाँ शायद सेवैयाँ कहते होंगे तो जब मैं छोटा होता था तो मेरे डैडी मुझे ला के देते थे मुझे बहुत पसंद थी और मैं बहुत शौक से खाता था उन्हें भी बहुत पसंद होती थी पर वो कम खाते थे ताकि मैं पूरी खा सकूँ तो अब मेरे भी कुछ फ़र्ज़ बनते हैं मैं भी उनके लिए कुछ करूँ तो आज मुझे ये बाहर सेवैयाँ दिखी जो हम दूध में डाल के खाते हैं तो मैंने अपने डैड के लिए ले ली एंड अभी मैं घर आके बहुत थक गया हूँ बाहर बारिश भी होने लग पड़ी थी काफ़ी तेज़ तो फिर मैंने बाहर ज़्यादा व्लॉग नहीं किया सो आज का व्लॉग मैं यही ख़त्म करता हूँ आई होप आपको ये व्लॉग अच्छा लगा होगा कल मुझे सुबह थोड़ी जल्दी उठना है क्योंकि मुझे 3-4 काम करके फिर मुझे अमृतसर भी जाना है अमृतसर मुझे इसलिए जाना है क्योंकि मेरा ये जो कैमरा है इसके मुझे कुछ चीज़ें लेके आनी है तो वो आपको कल ही बताऊँगा बाकी आई होप आपको ये ब्लॉग अच्छा लगा होगा अगर अच्छा लगा लाइक कर देना कमेंट कर देना शेयर कर देना अगर नहीं अच्छा लगा डिसलाइक कर देना हम कुछ और अच्छा लेके आएंगे आपके लिए अगर चैनल पे नए हो सब्सक्राइब कर देना अगर पुराने हो तो नए ब्लॉग की वेट करो आई लव यू ऑल गाइस हंसते बसते रहो अब सारे चढ़ती गाजते रखे खड़का के